ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੂ ਹਰ ਰੋਜ਼ ਗੁਰੂ ਪਾ ਸਾਜਿਦਿਆਂ ਰਚੀਆਂ ਹੋਈਆਂ ਬੇਅੰਤ ਬਾਣੀਆਂ ਘਰਾਂ ਅੰਦਰ ਗੁਰਦੁਆਰੇ ਸਹਿਬੰਦਰ ਦਿਨ ਰਾਤ ਪੜੀਆਂ ਜਾਂਦੀਆਂ ਹਨ ਜਿਸ ਵਿੱਚ ਜਪਜੀ ਸਾਹਿਬ ਸੁਖਮਨੀ ਸਾਹਿਬ ਤੇ ਹੋਰ ਬਹੁਤ ਸਾਰੀਆਂ ਬਾਣੀਆਂ ਸ਼ਾਮਲ ਹਨ ਪਰ ਜਿਸ ਬਾਣੀ ਨੂੰ ਸਭ ਤੋਂ ਵੱਧ ਪੜਿਆ ਜਾਂਦਾ ਹੈ ਉਹ ਕਿਹੜੀ ਬਾਣੀ ਹੈ ਉਹ ਹੈ ਅਨੰਦ ਪਾਉ ਆਨੰਦ ਸਾਹਿਬ ਦੀ ਬਾਣੀ ਭਾਵੇਂ ਕਿਸ ਬਾਣੀ ਦੀਆਂ ਕੁਝ ਪੌੜੀਆਂ ਹੀ ਪੜੀਆਂ ਜਾਂਦੀਆਂ ਹਨ ਪਰ ਇਹ ਹਰ ਵੇਲੇ ਪੜੀ ਜਾਣ ਵਾਲੀ ਬਾਣੀ ਹੈ ਭਾਵੇਂ ਕਿਤੇ ਕੋਈ ਖੁਸ਼ੀ ਹੈ ਗਮੀ ਹੈ ਜਾਂ ਕੋਈ ਹੋਰ ਕਾਰਜ ਭਾਵੇਂ ਆਨੰਦ ਕਾਰਜ ਹੈ ਜਾਂ ਅੰਤਮ ਸੰਸਕਾਰ ਦੀਆਂ ਰਸਮਾਂ ਦਾ ਕਾਰਜ ਇਸ ਬਾਣੀ ਨੂੰ ਹਰ ਕਾਰਜ ਤੇ ਪੜਿਆ ਜਾਂਦਾ ਹੈ ਇਸ ਬਿਨਾ ਕੋਈ ਵੀ ਕਾਰਜ ਪੂਰਾ ਨਹੀਂ ਹੁੰਦਾ ਇਹ ਮਨ ਨੂੰ ਤਾਕਤ ਦੇਣ ਵਾਲੀ ਬਾਣੀ ਹੈ ਇਹ ਮਨ ਨੂੰ ਆਨੰਦ ਦੇਣ ਵਾਲੀ ਬਾਣੀ ਹੈ ਆਨੰਦ ਸਾਹਿਬ ਪਰ ਇਸ ਬਾਣੀ ਅੰਦਰ ਲਿਖਿਆ ਕੀ ਹੈ ਇਹ ਬਾਣੀ ਸਾਨੂੰ ਸੁਨਿਆ ਕੀ ਦਿੰਦੀ ਹੈ ਇਹ ਕਿਸ ਤਰ੍ਹਾਂ ਦਾ ਆਨੰਦ ਦਿੰਦੀ ਹੈ ਇਸ ਨੂੰ ਵਿਚਾਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਤਾਂ ਜੋ ਅਸੀਂ ਇਸ ਬਾਣੀ ਦਾ ਹੋਰ ਵੀ ਆਨੰਦ ਲੈ ਸਕੀਏ ਸੋ ਜਿਵੇਂ ਅਸੀਂ ਸਭ ਨੇ ਮਿਲ ਕੇ ਜਪਜੀ ਸਾਹਿਬ ਦੀ ਪੌੜੀ-ਦਰ ਪੌੜੀ ਵਿਚਾਰ ਕੀਤੀ ਸੀ ਇੰਜ ਹੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਨੰਦ ਸਾਹਿਬ ਬਾਣੀ ਦੇ ਵੀ ਪੌੜੀ-ਦਰ ਪੌੜੀ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਾਂਗੇ ਤਾਂ ਆਓ ਸਭ ਤੋਂ ਪਹਿਲਾਂ ਸਰਲੇਖ ਪੜਦੇ ਹਾਂ ਤੇ ਉਸ ਤੋਂ ਬਾਅਦ ਪਹਿਲੀ ਪੌੜੀ ਪੜ੍ਹਾਂਗੇ ਅਤੇ ਨਾਲ ਹੀ ਸਮਝਾਂਗੇ ਕਿ ਇਸ ਪੌੜੀ ਅੰਦਰ ਗੁਰੂ ਸਾਹਿਬ ਕੀ ਕੁਝ ਫਰਮਾ ਰਹੇ ਹਨ ਰਾਮ ਕਲੀ ਮਹੱਲਾ ਤੀਜਾ ਅਨੰਦ ਗੁਰੂ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਹੁਤ ਸਾਰੇ ਰਾਗ ਹਨ ਉਹਨਾਂ ਰਾਗਾਂ ਵਿੱਚੋਂ ਇੱਕ ਰਾਗ ਹੈ ਰਾਮ ਕਲੀ ਪਾਵ ਇਹ ਬਾਣੀ ਰਾਮ ਕਲੀ ਰਾਗ ਵਿੱਚ ਲਿਖੀ ਹੈ ਅਤੇ ਇਸ ਨੂੰ ਇਸੇ ਰਾਗ ਅੰਦਰ ਰਾਗੀ ਸਿੰਘਾਂ ਨੇ ਗਾਇਨ ਕਰਨਾ ਹੈ ਗੁਰੂ ਪਿਆਰੇ ਸ਼ਬਦਾਂ ਨੂੰ ਜਦ ਰਾਗਾਂ ਵਿੱਚ ਗਾ ਕੇ ਕੀਰਤਨ ਕੀਤਾ ਜਾਂਦਾ ਹੈ ਤਾਂ ਸ਼ਬਦ ਦੀ ਰੌਣਕ ਹੋਰ ਵੱਧ ਜਾਂਦੀ ਹੈ ਸ਼ਬਦ ਦੀ ਸਮਝ ਹੋਰ ਵੱਧ ਜਾਂਦੀ ਹੈ ਮਨ ਗੁਰੂ ਦੇ ਸ਼ਬਦ ਅੰਦਰ ਜੁੜ ਜਾਂਦਾ ਹੈ ਤਾਂ ਗੁਰੂ ਸਾਹਿਬ ਹਰੇਕ ਰਾਗ ਦਾ ਨਾਮ ਸਿਰਲੇਖ ਅੰਦਰ ਜ਼ਰੂਰ ਲਿਖਦੇ ਹਨ ਤਾਂ ਜੋ ਕੀਰਤਨੀਏ ਜਦ ਸ਼ਬਦ ਦਾ ਗਾਇਨ ਕਰਨ ਤਾਂ ਰਾਗ ਦਾ ਜ਼ਰੂਰ ਧਿਆਨ ਰੱਖਣ ਤਾਂ RAMKALI ਇਹ ਇੱਕ ਰਾਗ ਦਾ ਨਾਮ ਹੈ ਇਸ ਤੋਂ ਬਾਅਦ ਹੈ ਮਹੱਲਾ 3 ਜਿਸ ਤੋਂ ਭਾਵ ਹੈ ਕਿ ਇਹ ਬਾਣੀ ਦਾ ਕਰਤਾ ਮਹੱਲਾ 3 ਹੈ ਭਾਵ ਇਹ ਬਾਣੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੈ ਅਤੇ ਅੰਤ ਵਿੱਚ ਹੈ ਅਨੰਦ ਪਾਵ ਇਸ ਬਾਣੀ ਦਾ ਨਾਮ ਆਨੰਦ ਹੈ ਆਨੰਦ ਤੋਂ ਪਾਵ ਹੈ ਆਤਮਿਕ ਖੇੜਾ ਖੁਸ਼ੀ ਉਤਸ਼ਾਹ ਜਾਂ ਪਰ ਕਿਸ ਤਰ੍ਹਾਂ ਦਾ ਚਾ ਕਿਸ ਤਰ੍ਹਾਂ ਦਾ ਖੇੜਾ ਇਸ ਨੂੰ ਗੁਰੂ ਸਬਦ ਦੀ ਬਾਣੀ ਅੰਦਰੋਂ ਬੁੱਝਣਾ ਪਵੇਗਾ ਪਰ ਇਸ ਤੋਂ ਵੀ ਪਹਿਲਾਂ ਆਉਂਦਾ ਹੈ ਸੰਖੇਪਤਰੂ ਵਿੱਚ ਮੂਲ ਮੰਤਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਵ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੇ ਪ੍ਰਸਾਦ कृपा द्वारा मिलता है सो सतगुरु दी कृपा ਨਾਲ ਹੀ ਸਭ ਕੁਝ ਮਨ ਨੂੰ ਪ੍ਰਾਪਤ ਹੁੰਦਾ ਹੈ ਉੰਜ ਮਨ ਦੇ ਕੋਲ ਹੀ ਸਭ ਕੁਝ ਹੁੰਦਾ ਹੈ ਪਰ ਬੇਸਮਝ ਹੋਣ ਕਰਕੇ ਜਾਂ ਧਿਆਨ ਬਾਹਰ ਹੋਣ ਕਰਕੇ ਮਨ ਨੂੰ ਹੋਸ਼ ਨਹੀਂ ਹੁੰਦੀ ਕਿ ਮੈਂ ਕਿਸ ਕੀਮਤੀ ਖਜ਼ਾਨੇ ਦਾ ਮਾਲਕ ਹਾਂ ਤਾਂ ਗੁਰੂ ਸਹਿ ਫਰਮਾਉਂਦੇ ਹਨ ਕਿ अकाल पुरुष एक है अतएव मना तू भी उस एक ਨਾਲ जोड तू ही ਆਪਣੇ ਅੰਦਰ ਨੂੰ ਪਛਾਨ ਆਪਣੇ ਅੰਦਰ ਵਸਦੇ ਮਾਲਕ ਨੂੰ ਪਛਾਨ ਅਤੇ ਇਹ ਪਛਾਨ ਇਹ ਸੂਝ ਇਹ ਸਤਿਗੁਰ ਦੀ ਕਿਰਪਾ ਨਾਲ ਮਿਲਦੀ ਹੈ ਇਸ ਲਈ ਗੁਰੂ ਪਾਸ਼ਾ ਫਰਮਾਉਂਦੇ ਹਨ ਕਿ ਅਕਾਲ ਪੁਰਖ ਜੋ ਕਿ ਇੱਕ ਹੈ ਇਹ ਸਤਿਗੁਰ ਦੇ ਪ੍ਰਸਾਦ ਦੁਆਰਾ ਮਿਲਦਾ ਹੈ ਗੁਰੂ ਪਿਆਰੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਪਹਿਲੀ ਪੌੜੀ ਦੀ ਅਰੰਭਤਾ ਇਹ ਪੌੜੀ ਜੋ ਕਿ ਆਨੰਦ ਦੀ ਪੌੜੀ ਹੈ ਇਸ ਪਹਿਲੀ ਪੌੜੀ ਅੰਦਰ ਹੀ ਗੁਰੂ ਸੇਬ ਨੇ ਸਾਰੀਆਂ ਅਰਮਜਾ ਖੋਲੀਆਂ ਹਨ ਕਿ ਆਨੰਦ ਕੀ ਹੈ ਆਨੰਦ ਕਿੱਥੋਂ ਮਿਲਦਾ ਹੈ ਆਨੰਦ ਮਿਲਨ ਤੇ ਕਿੰਝ ਮਹਿਸੂਸ ਹੁੰਦਾ ਹੈ ਜਿਵੇਂ ਕਿ ਇਸ ਬਾਡੀ ਦੀ ਪਹਿਲੇ ਤੋਂ ਕੰਦਰ ਗੁਰੂ ਸਾਹਿਬ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ ਕਿ ਆਨੰਦ ਪਾਇਆ ਮੇਰੀ ਮਾਂ ਸਤ ਗੁਰੂ ਮੈਂ ਪਾਇਆ ਪਾਇਆ ਤੋਂ ਭਾਵ ਹੈ ਹੋਇਆ ਆਨੰਦ ਹੋਇਆ ਗੁਰੂ ਪੈਰੋ ਆਨੰਦ ਪੈਦਾ ਹੋ ਜਾਣਾ ਮਿਲ ਜਾਣਾ ਇਹ ਕੋਈ ਛੋਟੀ ਅਵਸਥਾ ਨਹੀਂ ਇਹ ਬੜੀ ਉੱਚੀ ਅਵਸਥਾ ਹੈ ਇਸ ਲਈ ਇਸ ਅਵਸਥਾ ਦੀ ਖਬਰ ਮਨ ਮਾ ਨੂੰ ਦੇ ਰਹਿ ਕੇ ਮਾ ਮੈਨੂੰ आनंद मिल गया है मेरे अंदर आनंद पैदा हो गया है पूर्ण खिड़ाव पैदा हो गया है सो मन ए वार्ता सुनांदा है गुरु प्यारे गुरुवाणी अंदर मां दे बहुत सारे रूप आए हैं गुरु ग्रंथ साहिब जी अंदर अकाल पुरख लेवी माता आया है गुरु लेवी माता शब्द आया है धरती लेवी आया है मत् लेवी शारीरिक मां लेवी मन लेवी पाई लेवी अठھوں تکے माया नु भी कह जेगा ਮੈਂ ਲਿਖਿਆ ਸੋ ਇੱਥੇ ਗੁਰੂ ਪਾਸ਼ਾ ਮਨ ਦੀ ਜੋ ਖੁਸ਼ੀ ਹੈ ਜੋ ਚਾਹ ਹੈ ਜੋ ਆਨੰਦ ਹੈ ਉਸ ਦਾ ਬਿਆਨ ਮਾਂ ਅੱਗੇ ਕਰ ਰਿਹਾ ਹੈ ਜਿਵੇਂ ਕੋਈ ਬੱਚਾ ਆਪਣੀ ਕਾਮਯਾਬੀ ਭੱਜ ਕੇ ਮਾਂ ਨੂੰ ਜਾ ਕੇ ਦੱਸਦਾ ਹੈ ਕਿ ਮੈਨੂੰ ਆ ਇਨਾਮ ਮਿਲਿਆ ਹੈ ਮੈਂ ਐਸ ਸੋਣਾ ਕੰਮ ਕੀਤਾ ਤਾਂ ਮਾਂ ਬੜੀ ਖੁਸ਼ ਹੁੰਦੀ ਹੈ ਗੱਲ ਲਾਂਦੀ ਹੈ ਸ਼ਾਬਾਸ਼ੀ ਦਿੰਦੀ ਹੈ ਇੰਜ ਗੁਰੂ ਪਾਸ਼ਾ ਇੱਕ ਬੜਾ ਪਿਆਰਾ ਦਿਸਟਾਂਤ ਖਿੱਚ ਰਹੇ ਹਨ ਕਿ ਮਾਨ ਨੇ ਆਨੰਦ ਪਾਲਿਆ ਹੈ ਆਤਮਿਕ आनंद होया है मां हन मेरी माए हे मेरी भाई मां मैं पूर्ण किडाओ पालिया है मैं आनंद पाली है पर ए आनंद पा लिया है कि कुछ नवा खरीद लिया है कि कुछ नवा कारोबार कर लिया है कि कोई जमीन खरीद ली है कि अमीरी आ गई है किड़ा तरीका है मना तू अपनाया जो तेन आनंद होया है ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਆਨੰਦ ਕਿਸੇ ਹੋਰ ਚੀਜ਼ ਤੇ ਪਾਉਣ ਨਾਲ ਨਹੀਂ ਬਲਕਿ ਸਤ ਗੁਰੂ ਨੂੰ ਪਾਉਣ ਨਾਲ ਹੋਇਆ ਹੈ ਸਤ ਗੁਰੂ ਨੇ ਮੈਨੂੰ ਦੱਸਿਆ ਕਿ ਆਨੰਦ ਕਿਤੇ ਹੈ ਕਿੰਜ ਇਸ ਨੂੰ ਪਾਣਾ ਹੈ ਕਿੰਜ ਆਪਣੇ ਅੰਦਰ ਦੀ ਬੇਸਮਝੀ ਨੂੰ ਮੈਲ ਨੂੰ ਦੂਰ ਕਰਕੇ ਸਾਫ਼ ਹੋਣਾ ਹੈ ਅਤੇ ਯਾਦ ਕਰਵਾਇਆ ਕਿ ਸਾਡੇ ਦੁੱਖ ਦਾ ਕਾਰਨ ਸਾਡੀ ਬੇਹੋਸ਼ੀ ਦਾ ਕਾਰਨ ਬੁਰੀ ਸੋਚ ਦਾ ਕਾਰਨ ਮੈਲਾ ਮਨ ਹੁੰਦਾ ਹੈ ਜਦ ਮਨ ਸਾਫ਼ ਹੋ ਜਾਏ ਜਦ ਮਨ ਗੁਰੂ ਦੇ ਕਹਨੇ ਚੋ ਹੋ ਜਾਏ ਗੁਰੂ ਦੇ ਹੁਕਮ ਚ ਹੋ ਜਾਏ ਤਾਂ ਇਹ ਫਿਰ ਆਨੰਦ ਨਾਲ ਭਰ ਜਾਂਦਾ ਹੈ ਗੁਨਾ ਨਾਲ ਭਰ ਜਾਂਦਾ ਹੈ ਇਸ ਲਈ ਗੁਰੂ ਸਾਹਿਬ ਬੜੇ ਚਾਹ ਨਾਲ ਉਤਸ਼ਾਹ ਨਾਲ ਪਹਿਲੇ ਹੀ ਤੋਂ ਅੰਦਰ ਫਰਮਾਉਂਦੇ ਹਨ ਕਿ ਇਹ ਭਾਈ ਮਾਂ ਮੇਰੇ ਅੰਦਰ ਪੂਰਨ ਖਿੜਾਓ ਆਨੰਦ ਪੈਦਾ ਹੋ ਗਿਆ ਹੈ ਕਿਉਂ ਕਿਉਂਕਿ ਮੈਨੂੰ ਗੁਰੂ ਬਿਲ ਪਿਆ ਹੈ ਗੁਰੂ ਨੇ ਮੈਨੂੰ ਆਨੰਦ ਪ੍ਰਾਪਤ ਕਰਵਾ ਦਿੱਤਾ ਹੈ ਗੁਰੂ ਪਿਆਰੋ ਅਸੀਂ ਵੀ ਤਾਂ ਗੁਰੂ ਮਹਾਰਾਜ ਨੂੰ ਰੋਜ਼ ਮਿਲਦੇ ਹਾਂ ਔਰੋਜ ਕੋਰਤਰਾ ਸੈਪ ਜਾਂਦੇ ਹਾਂ ਫਿਰ ਸਾਡੇ ਅੰਦਰ ਇਹ ਖੇੜਾ ਇਹ ਆਨੰਦ ਕਿਉਂ ਪੈਦਾ ਨਹੀਂ ਹੁੰਦਾ ਉਲਟੇ ਅਸੀਂ ਤਾਂ ਦੁਖੀ ਹਾਂ ਮੈਲੇ ਹਾਂ ਕ੍ਰੋਧੀਆਂ ਹੰਕਾਰੀਆਂ ਕਿਉਂ ਕਿਉਂਕਿ ਅਸੀਂ ਗੁਰੂ ਕੋਲ ਜਾਂਦੇ ਤਾਂ ਹਾਂ ਪਰ ਮਿਲ ਕੇ ਵਾਪਸ ਆ ਜਾਂਦੇ ਹਾਂ ਖਾਣਾ ਪੂਰਤੀ ਕਰਨ ਜਾਂਦੇ ਹਾਂ ਪਰ ਜੋ ਮਨ ਸਦਾ ਲਈ ਗੁਰੂ ਨਾਲ ਮਿਲ ਜਾਂਦਾ ਹੈ ਭਾਵ ਜੋ ਗੁਰੂ ਦੇ ਹੁਕਮ ਨੂੰ ਸਿੱਖਿਆਵਾਂ ਨੂੰ ਉੱਥੇ ਛੱਡ ਕੇ ਨਹੀਂ ਆਉਂਦਾ ਬਲਕਿ ਨਾਲ ਲੈ ਆਉਂਦਾ ਹੈ ਜੋ ਗੁਰੂ ਦੀ ਗੱਲ ਨੂੰ ਮਨ 'ਚ ਵਸਾਈ ਰੱਖਦਾ ਹੈ ਉਹ ਮਨ ਫਿਰ ਗੁਰੂ ਨੂੰ ਮਿਲ ਜਾਂਦਾ ਹੈ ਉਸ ਦਾ ਮੁਰਝਾਇਆ ਮਨ ਗੁਰੂ ਦੀਆਂ ਸਿੱਖਿਆਵਾਂ ਤੇ ਚੱਲ-ਚੱਲ ਕੇ ਇੱਕ ਦਿਨ ਖਿੜ ਪੈਂਦਾ ਹੈ ਆਨੰਦ ਨਾਲ ਪਰਮ ਆਨੰਦ ਨਾਲ ਉੱਛਾ ਨਾਲ ਖੁਸ਼ੀ ਨਾਲ ਅਤੇ ਇਹ ਆਨੰਦ ਕਿਸ ਤੋਂ ਮਿਲਦਾ ਹੈ ਸਤਗੁਰੂ ਤੋਂ ਅਤੇ ਇਹ ਆਨੰਦ ਆਪਣੇ ਨਾਲ ਹੋਰ ਕੀ ਕੁਝ ਲੈ ਕੇ ਆਉਂਦਾ ਹੈ ਗੁਰੂ ਸਾਹਿਬ ਇਸ ਬਾਰੇ ਅਗਲੇ ਧੋਕੰਦਰ ਫਰਮਾਉਂਦੇ ਹਨ ਕਿ ਸਤਗੁਰੂ ਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਾਦ ਆਈਆਂ ਸੇਤੀ ਦਾ ਭਾਵ ਹੈ ਨਾਲ ਸਹਜ ਸੇਤੀ ਭਾਵ ਸਹਜ ਨਾਲ ਗੁਰੂ ਪਿਆਰੋ ਸਤਗੁਰੂ ਨੂੰ ਕਿਸੇ ਹੱਟ ਕਰਮ ਨਾਲ ਨਹੀਂ ਪਾਇਆ ਜਾ ਸਕਦਾ ਕੋਈ ਸਰੀਰਕ ਤਪ ਕਰਕੇ ਨਹੀਂ ਬਲਕਿ ਮਨ ਦਾ ਤਪ ਕਰਕੇ ਪਾਇਆ ਜਾ ਸਕਦਾ ਹੈ ਜਦ ਮਨ ਨੂੰ ਗੁਰੂ ਦੀ ਸਿੱਖਿਆ ਚ ਤਪਾਇਆ ਜਾਏ ਜਦ ਮਨ ਨੂੰ ਗੁਰੂ ਦੇ ਦੱਸੇ ਹੁਕਮਾਂ ਤੇ ਚਲਾਇਆ ਜਾਏ ਜਦ ਮਨ ਨੂੰ ਸਤ ਗੁਰੂ ਦੇ ਚਰਨੀ ਲਾਜੇ ਤਾਂ ਬੜੇ ਸਹਜ ਨਾਲ ਪਿਆਰ ਨਾਲ ਗੁਨਾ ਨੂੰ ਮਨ ਅੰਦਰ ਧਾਰ ਕੇ ਸਮਝ ਕੇ ਸਤਿਗੁਰੂ ਨੂੰ ਪਾਇਆ ਜਾ ਸਕਦਾ ਹੈ ਐਸੇ ਸਤਿਗੁਰੂ ਨੂੰ ਜੋ ਆਨੰਦ ਦਾ ਸਾਗਰ ਹੈ ਜੋ ਗੁਨਾ ਦਾ ਸਾਗਰ ਹੈ ਜਿਸ ਤੇ ਆਉਣ ਨਾਲ ਮਨ ਡੋਲਣੋਂ हट ਗਿਆ ਹੈ ਜਿਸ ਤੇ ਮਨ ਚ ਆਉਣ ਨਾਲ ਮਨ ਮੇਰਾ ਰਿਹਾ ਹੀ ਨਹੀਂ ਮਨ ਤਾਂ ਆਪਣੇ ਕ੍ਰਿਤਮ ਦਾ ਹੋ ਗਿਆ ਹੈ ਉਦੋਂ ਤੋਂ ਮਨ ਅੰਦਰ ਵਧਾਈਆਂ ਆ ਰਹੀਆਂ ਹਨ ਅਤੇ ਵਧਾਈਆਂ ਵੀ ਇੰਝ ਮਿਲ ਰਹੀਆਂ ਹਨ ਜਿਵੇਂ ਕਿਸੇ ਘਰ ਅੰਦਰ ਕੋਈ ਖੁਸ਼ੀ ਦਾ ਮਾਹੌਲ ਹੋਵੇ ਕੋਈ ਵਿਆਹ ਹੋਵੇ ਤਾਂ ਉਥੇ ਜਿਵੇਂ ਵਾਜੇ ਵਜ ਰਹੇ ਹੋਵਣ ਢੋਲ ਵੱਜ ਰਹੇ ਹੋਵਣ ਖੁਸ਼ੀ ਮਨਾਇ ਚ ਰਹੀ ਹੋਵੇ ਸੋ ਐਹੋ ਜਿਹਾ ਚਾ ਐਸਾ ਮਾਹੌਲ ਐਸੀ ਮੰਦੀ ਦਸ਼ਾ ਮੇਰੀ ਹੋ ਗਈ ਹੈ ਐਸੀ ਵਧਾਈ ਮਨ ਅੰਦਰ ਵੱਜ ਰਹੀ ਹੈ ਜੋ ਬਿਆਨ ਤੋਂ ਪਰੇ ਹੈ ਤਾਂ ਗੁਰੂ ਸਬਦ ਸੋ ਕਰੇ ਫਰਮਾਉਂਦੇ ਹਨ ਕਿ ਜਦ ਮਨ ਨੂੰ ਸਤਿਗੁਰੂ ਮਿਲਿਆ ਆਨੰਦ ਮਿਲਿਆ ਤੇ ਨਾਲ ਹੀ ਅਡੋਲ ਅਵਸਥਾ ਸਹਿਜ ਹੀ ਪ੍ਰਾਪਤ ਹੋ ਗਈ ਭਾਬ ਗੁਰੂ ਦੇ ਮਿਲਣ ਨਾਲ ਮਨ ਡੋਲਣੋਂ ਹਟ ਗਿਆ ਇਹ ਹੁਣ ਮਾਰੇ ਪਾਸਿਓਂ ਹਟ ਚੁੱਕਾ ਹੈ ਅਤੇ ਸਦਾ ਸੱਚ ਵਾਲੇ ਪਾਸੇ ਲੱਗ ਚੁੱਕਾ ਹੈ ਇਸ ਲਈ ਹੁਣ ਮੇਰੇ ਮਨ ਵਿੱਚ ਮਾਨੋ ਖੁਸ਼ੀਆਂ ਦੇ ਵਾਜੇ ਵੱਜ ਪਏ ਹਨ ਅਤੇ ਸਿਰਫ ਵਾਜੇ ਨਹੀਂ ਗੁਰੂ ਸਾਹਿਬ ਅਗਲੇ ਤੋਂ ਕੰਦਰ ਫਰਮਾਉਂਦੇ ਹਨ ਕਿ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਇਆ ਪਰੀਆਂ ਤੋਂ ਪਾਵ ਹੈ ਰਾਗਣੀਆਂ ਪਾਵ ਰਾਗਾਂ ਦੀਆਂ ਪਰੀਆਂ ਰਗਣੀਆਂ ਸੋ ਜਦ ਸਤਗੁਰੂ ਮਿਲ ਜਾਏ ਜਦ ਸਤਗੁਰੂ ਮਨ ਦੇ ਸਾਰੇ ਵੈਮ ਦੁੱਖ ਡਾਰ ਹਨੇਰਾ ਆਦਿ ਦੂਰ ਕਰਕੇ ਮਨ ਤੇ ਚਾਨਣ ਕਰ ਦੇਵੇ ਮਨ ਨੂੰ ਆਨੰਦ ਨਾਲ ਭਰ ਦੇਵੇ ਉਸ ਮਨ ਚ ਫਿਰ ਖੁਸ਼ੀਆਂ ਦੇ ਰਾਗ ਵੱਜਦੇ ਹਨ ਗੁਰੂ ਪੇਰੂ ਜੇ ਪਲੇ ਸਮਾਂ ਦੀ ਕਾਲ ਕਰੀਏ ਪਹਿਲਾਂ ਜਦ ਕੋਈ ਖੁਸ਼ੀ ਮਨਾਈ ਜਾਂਦੀ ਸੀ ਤਾਂ ਉਹ ਖੁਸ਼ੀ ਵੀ ਰਾਗਾਂ ਅੰਦਰ ਹੁੰਦੀ ਸੀ ਲੋਕ ਗੀਤ ਗਾਈ ਜਾਂਦੇ ਸਨ ਸਾਡੇ ਸੱਭਿਆਚਾਰ ਚ ਜਿਵੇਂ ਸੁਹਾਗ ਹਨ ਕੋੜੀਆਂ ਹਨ ਇੱਥੋਂ ਤੱਕ ਕਿ ਸੱਠਣੀਆਂ ਆਧ ਹਨ ਇਹਨਾਂ ਨੂੰ ਗਾ ਕੇ ਖੁਸ਼ੀ ਮਨਾਉਂਦੇ ਸਨ ਕਾਰ ਵਿਹਾਰ ਕੀਤੇ ਜਾਂਦੇ ਸਨ ਇਹਨਾਂ ਤਰਜਾਂ ਨੂੰ ਰਾਗਾਂ ਨੂੰ ਵੀ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਤਰਜ ਕੀਤਾ ਹੈ ਤਾਂ ਜੋ ਬਾਣੀ ਨੂੰ ਹੋਰ ਚੰਗੀ ਤਰ੍ਹਾਂ ਗਾ ਕੇ ਸਮਝਿਆ ਜਾ ਸਕੇ ਉਸ ਨੂੰ ਮਹਿਸੂਸ ਕੀਤਾ ਜਾ ਸਕੇ ਤਾਂ ਅੱਜ ਦੀ ਖੁਸ਼ੀ ਤੇ ਪਹਿਲਾਂ ਦੀ ਖੁਸ਼ੀ ਚ ਬੜਾ ਫਰਕ ਹੈ ਅੱਜ ਦੀ ਖੁਸ਼ੀ ਪਹਿਲਾਂ ਜੇ ਨਹੀਂ ਅੱਜ ਖੁਸ਼ੀਆਂ ਅੰਦਰ ਗੀਤ ਸੰਗੀਤ ਤੇ ਹਨ ਪਰ ਕੋਈ ਰਾਗ ਨਹੀਂ ਕੋਈ ਤਾਲ ਨਹੀਂ ਸਿਰਫ ਸ਼ੋਰ ਸ਼ਰਾਬਾ ਹੈ ਪਹਿਲਾਂ ਰਾਗ ਵੀ ਸਨ ਤੇ ਰਾਗਾ ਅੰਦਰ ਵੀ ਰਬ ਦਾ ਗੁਣਗਾਨ ਹੁੰਦਾ ਸੀ ਉਸ ਦੀ ਬਾਤ ਹੁੰਦੀ ਸੀ ਤਾਂ ਗੁਰੂ ਸਾਹਿਬ ਫਰਮਾਦੇ ਹਨ ਕਿ ਜਦੋਂ ਉਹਦਾ ਗੁਰੂ ਮਿਲਿਆ ਹੈ ਗੁਰੂ ਤੋਂ ਗਿਆਨ ਪਿਆਰ ਆਨੰਦ ਮਿਲਿਆ ਹੈ ਉਦੋਂ ਤੋਂ ਮਨ ਨੂੰ ਵਧਾਈਆਂ ਮਿਲ ਰਹੀਆਂ ਹਨ ਜਿਵੇਂ ਕਿਸੇ ਵਿਆਹ ਵਾਲੇ ਘਰ ਜਾਂ ਕੋਈ ਖੁਸ਼ੀ ਵਾਲੇ ਕਾਰ ਲੋਗ ਵਧਾਈ ਲੈਣ ਆਉਂਦੇ ਹਨ ਖੁਸ਼ੀਆਂ ਵੰਡਣ ਆਉਂਦੇ ਹਨ ਇੰਜ ਮਨ ਅੰਦਰ ਵੀ ਰਾਗ ਰਾਗਣੀਆਂ ਆਈਆਂ ਹਨ ਗੀਤ ਗਾਵਨ ਅਤੇ ਗੀਤ ਵੀ ਕਿਸ ਦੇ ਅਕਾਲ ਪੁਰਖ ਦੇ ਕਿਉਂਕਿ ਹੁਣ ਮਨ ਨੂੰ ਉਸ ਦੇ ਹੀ ਸ਼ਬਦ ਪਾਉਂਦੇ ਹਨ ਬਾਕੀ ਰੰਗ ਰਾਗ ਤਾਂ ਫਿੱਕੇ ਪੈ ਗਏ ਹਨ ਤਾਂ ਗੁਰੂ ਸਾਹਿਬ ਇਸ ਤੋਂ ਕਰੇ ਬੜਾ ਹੀ ਪਿਆਰਾ ਵਿਖਿਆਨ ਕਰਦੇ ਹੋਏ ਫਰਮਾਉਂਦੇ ਹਨ ਕਿ ਸੋਹਣੇ ਰਾਗ ਆਪਣੇ ਪਰਿਵਾਰ ਤੇ ਰਾਗਣੀਆਂ ਸਮੇਤ ਮੇਰੇ ਮਨ ਵਿੱਚ ਮਾਨੋ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਵਨ ਆ ਗਏ ਹਨ ਮਨ ਉਸ ਆਨੰਦ ਅੰਦਰ ਝੂਮ ਰਿਹਾ ਹੈ ਬੇਹੋਸ਼ੀ ਚ ਨਹੀਂ ਹੋਸ਼ ਚ ਆਨੰਦ ਚ ਚਾਚ ਵਾਰ ਵਾਰ ਬਲਹਾਰ ਜਾ ਰਿਹਾ ਹੈ ਸਦਕੇ ਜਾ ਰਿਹਾ ਹੈ ਅਤੇ ਇਸ ਤੋਂ ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸ਼ਬਦੋ ਤਾਂ ਗਾਉ ਹਰੀ ਕੇਰਾ ਮਨ ਜਿਨੇ ਵਸਾਇਆ ਗੁਰੂ ਪਿਆਰੋ ਸਾਡੇ ਕਰਾਂ ਅੰਦਰ ਜਦ ਕੋਈ ਖੁਸ਼ੀ ਆਉਂਦੀ ਹੈ ਤਾਂ ਅਸੀਂ ਆਪਣੇ ਰੰਗ ਬਦਲ ਲੈਂਦੇ ਹਾਂ ਗੀਤ ਬਦਲ ਲੈਂਦੇ ਹਾਂ ਰਾਗ ਬਦਲ ਲੈਂਦੇ ਹਾਂ ਪਰ ਜਿਸ ਮਨ ਨੂੰ ਗੁਰੂ ਮਿਲਿਆ ਹੈ ਜੋ ਮਨ ਗੁਰੂ ਦੇ ਲੜ ਲੱਗ ਗਿਆ ਹੈ ਉਹ ਜਦ ਖੁਸ਼ੀ ਮਨਾਉਂਦਾ ਤਾਂ ਅਕਾਲ ਪੁਰਖ ਦੇ ਰੰਗ ਚ ਮਨਾਉਂਦਾ ਹੈ ਮਨ ਇਹੀ ਕਹਿੰਦਾ ਕਿ ਭਾਈ ਖੁਸ਼ੀ ਮਨਾਓ ਪਰ ਉਹਦੇ ਰੰਗ ਚ ਗੀਤ ਗਾਓ ਤਾਂ ਉਸ ਪਿਆਰੇ ਦੇ ਗਾਓ ਸ਼ਬਦ ਗਾਓ ਤਹ ਹਰੀ ਕੇਰਾ ਭਾਵ ਅਕਾਲ ਪੁਰਖ ਦੇ ਸ਼ਬਦ ਗਾਉ ਤਾਂ ਜੋ ਮਨ ਉਸ ਦੀ ਯਾਦ ਚ ਜੁੜਿਆ ਰਹੇ ਮਨ ਆਨੰਦ ਨਾਲ ਭਰਿਆ ਰਹੇ ਅਤੇ हे ਦੁਨਿਆ ਦੇ ਲੋਕੋ ਜੇ ਤੁਸੀਂ ਵੀ ਆਨੰਦ ਚ ਰਹਿਣਾ ਤਾਂ ਸਿੱਧਾ ਰਾਫੜੋ ਅਤੇ ਆਨੰਦ ਨੂੰ ਕਿਤੇ ਹੋਰ ਨਾ ਪਾਲੋ ਕਿਤੇ ਬਾਹਰ ਨਾ ਪਾਲੋ ਬਾਹਰ ਕਿਸੇ ਵੀ ਵਸਤੂ ਨਾਲ ਕਿਸੇ ਵੀ ਪ੍ਰਾਪਤ ਨਾਲ ਖੁਸ਼ੀ ਤਾਂ ਮਿਲ ਸਕਦੀ ਹੈ ਪਰ ਉਹ ਵੀ ਪਲ ਤੋਂ ਪਲ ਕਿਉਂਕਿ ਮਨ ਫਿਰ ਨਵੀਂ ਆਸ ਕਰਨ ਲੱਗ ਪੈਂਦਾ ਹੈ ਪਰ ਜੋ ਮਨ ਸਦਾ ਲਈ ਆਨੰਦ ਚ ਰਹਿਣਾ ਚਾਹੁੰਦਾ ਹੈ ਜੋ ਮੁਸ਼ਕਲਾਂ ਅੰਦਰ ਵੀ ਖੜਿਆ ਰਹਿਣਾ ਚਾਹੁੰਦਾ ਹੈ ਤਾਂ ਮਨ ਫਿਰ ਗੁਰੂ ਨੂੰ ਮਿਲੇ ਗੁਰੂ ਦੀ ਸੁਨੇ ਗੁਰੂ ਦੀ ਸਿੱਖਿਆ ਨੂੰ ਮੰਨ ਜਵਸਾ ਇੱਕ ਗੁਰੂ ਹੀ ਹੈ ਜੋ ਮਨ ਅੰਦਰ ਆਨੰਦ ਪਰ ਦਿੰਦਾ ਹੈ ਗੁਣ ਪਰ ਦਿੰਦਾ ਹੈ ਨਾਮ ਪਰ ਦਿੰਦਾ ਹੈ ਆਨੰਦ ਘਰ ਕੱਪੜੇ ਰਤਬਾ ਆਦ ਬਦਲਣਾ ਨਹੀਂ ਬਲਕੇ ਮਨ ਬਦਲਣ ਨਾਲ ਵਿਚਾਰ ਬਦਲਣ ਨਾਲ ਸੋਚ ਬਦਲਣ ਨਾਲ ਮਿਲਦਾ ਹੈ ਤੇ ਸੋਚ ਗੁਰੂ ਬਦਲਦਾ ਹੈ ਦੁਨੀਆ ਤੇ ਗੁਰੂ ਤੋਂ ਇਲਾਵਾ ਐਸਾ ਹੋਰ ਕੋਈ ਨਹੀਂ ਜੋ ਮਨ ਨੂੰ ਬਦਲ ਸਕੇ ਤਾਂ ਗੁਰੂ ਸਹਿਬ ਇਸ ਪਾਵਨ ਤੋਂ ਕਰੇ ਫਰਮਾਉਂਦੇ ਹਨ ਕਿ اے ਭਾਈ ਤੁਸੀਂ ਵੀ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਕੀਤ ਕਾਓ ਸ਼ਬਦ ਗਾਓ ਜਿਨ੍ਹਾਂ ਜਿਨ੍ਹਾਂ ਨੇ ਸਿਫਤ ਸਲਾਹ ਦਾ ਸ਼ਬਦ ਮਨ ਵਿੱਚ ਵਸਾਇਆ ਉਹਨਾਂ ਦੇ ਅੰਦਰ ਪੂਰਨ ਖਿੜਾਓ ਪੈਦਾ ਹੋ ਜਾਂਦਾ ਹੈ ਤਾਂ ਆਓ ਗੁਰੂ ਪਿਆਰਿਓ ਅਸੀਂ ਵੀ ਗੁਰੂ ਨਾਲ ਜੁੜੀਏ ਤਾਂ ਜੋ ਸਾਡੀ ਜ਼ਿੰਦਗੀ ਵੀ ਆਨੰਦ ਨਾਲ ਪਰ ਸਕੇ ਤਾਂ ਆਨੰਦ ਸਹਿਬ ਦੀ ਇਸ ਪਹਿਲੀ ਪੌੜੀ ਦੇ ਅੰਤਲੀ ਟੋਕੰਦਰ ਗੁਰੂ ਸਹਿਬ ਕਿਰਪਾ ਕਰ ਦੇ ਹਨ ਕਿ ਕਹੈ ਨਾਨਕ आनंद हुआ सतगुरु मैं पाया कह पाव नानक कहता पाव गुरु सा फरमांदे हन के आनंद हुआ गुरु पैरु पहली तो कंदरसी आनंद पया ते हुन है अनंत हुआ 2021 ही है हे नानक हुन मेरे अंदर भी आनंद बन गया है मेरे अंदर भी चाह पैदा हो गया है मेरे अंदर भी रबी नाम दी ज्योत जग पई है मेरे अंदरों पैड दूर हो गई है बुराई दूर हो गई है क्यों ਕਿਉਂਕਿ ਸਤਗੁਰੂ ਮਿਲ ਗਿਆ ਹੈ ਜਿਸ ਤੇ ਮਿਲਨ ਨਾਲ ਮਨ ਨਿਰਮਲ ਹੋ ਗਿਆ ਹੈ ਹੁਣ ਮਨ ਅੰਦਰ ਸਿਰਫ ਤੇ ਸਿਰਫ ਰੱਬੀ ਸਿਫਤ ਸਲਾਹ ਹੈ ਉਸ ਦਾ ਨਾਮ ਹੈ ਉਸ ਦੇ ਗੁਣ ਹਨ ਜਿਸ ਕਾਰਨ ਹੁਣ ਮਨ ਚ ਆਨੰਦ ਹੈ ਅਤੇ ਆਨੰਦ ਗੁਰੂ ਕਾਰਨ ਹੈ ਜਦ ਗੁਰੂ ਮਿਲਿਆ ਸਤਗੁਰੂ ਮਿਲਿਆ ਤਾਂ ਆਨੰਦ ਬਣਿਆ ਆਨੰਦ ਪੈਦਾ ਹੋਇਆ ਤਾਂ ਗੁਰੂ ਸਾਹਿਬ ਬਹੁਤ ਹੀ ਪਿਆਰਾ ਤੇ ਨਿਆਰਾ ਸੁਨੇਹਾ ਦੇ ਰਹੇ ਹਨ ਕਿ ਆਨੰਦ ਨੂੰ ਬਾਹਰ ਨਾ ਲੱਭੋ ਨਾ ਕਿਸੇ ਚੀਜ਼ ਚ ਨਾ ਕਿਸੇ ਥਾਂ ਚ ਜੇ ਲੱਭਣਾ ਹੈ ਤਾਂ ਲੱਭੇਗਾ ਆਪਣੇ ਆਪ ਚ ਪਰ ਆਪਣੇ ਆਪ ਅੰਦਰ ਵੀ ਤਦ ਹੀ ਚਾਤੀ ਵੱਜਦੀ ਹੈ ਜਦ ਮਨ ਸਤਿਗੁਰੂ ਦੇ ਲੜ ਲੱਗਦਾ ਹੈ ਤਾਂ ਆਓ ਗੁਰੂ ਦੇ ਲੜ ਲੱਗੇ ਗੁਰੂ ਦੇ ਗੁਣਾਂ ਨੂੰ ਗੁਰੂ ਦੇ ਬੋਲਾਂ ਨੂੰ ਗੁਰੂ ਦੇ ਹੁਕਮਾਂ ਨੂੰ ਗੁਰੂ ਦੀਆਂ ਸਿੱਖਿਆਵਾਂ ਨੂੰ ਮਨ ਚ ਵਸਾਈਏ ਤਾਂ ਜੋ ਅਸੀਂ ਵੀ ਆਨੰਦ ਨਾਲ ਪਰ ਸਕੀਏ ਸਾਡੇ ਅੰਦਰ ਵੀ ਇਸ ਆਨੰਦ ਦੇ ਗੀਤ ਗਾਈ ਜਾਵਨ ਵਧਾਈਆਂ ਦਿੱਤੀਆਂ ਜਾਵਨ ਗੁਰੂ ਪਿਆਰੋ ਇਹ ਆਨੰਦ ਐਸਾ ਆਨੰਦ ਹੈ ਜੋ ਤੱਤੀ ਤਵੀ ਤਵੀ ਕਟਣੀ ਹੁੰਦਾ ਇਹ ਆਨੰਦ ਐਸਾ ਆਨੰਦ ਹੈ ਜੋ ਬੰਦ ਬੰਦ ਕੱਟੇ ਜਾਂਦੇ ਵੀ ਕੱਟ ਨਹੀਂ ਹੁੰਦਾ ਇਹ ਆਨੰਦ ਐਸਾ ਆਨੰਦ ਹੈ ਜੋ ਸਦਾ ਰਹਿੰਦਾ ਇਸ ਅਹਿਸਾਸ ਦਾ ਹੋਰ ਕੋਈ ਬਦਲ ਨਹੀਂ ਤਾਂ ਗੁਰੂ ਸਾਹਿਬ ਇਸ ਅੰਤਲੀ ਤੋਂ ਕੰਦਰ ਫਰਮਾਉਂਦੇ ਹਨ ਕਿ ਮੇਰੇ ਅੰਦਰ ਵੀ ਆਨੰਦ ਬਣ ਗਿਆ ਹੈ ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ ਤਾ ਇਸੀ ਅਨੰਦ ਸਬ ਦੀ ਪਹਿਲੀ ਪੌੜੀ ਦੇ ਵਿਚਾਰ ਇਹ ਬੜੇ ਹੀ ਪਿਆਰੇ ਵਿਚਾਰ ਦੀ ਸੇਵਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਲਈ ਹੈ ਮੇਰੇ ਕੋਲ ਤਾਂ ਕੋਈ ਵੀ ਸ਼ਬਦ ਨਹੀਂ ਕੋਈ ਵਿਚਾਰ ਨਹੀਂ ਨਾ ਹੀ ਮੈਂ ਕੋਈ ਵਿਆਖਿਆ ਕਰਾਂ ਬਸ ਮੈਨੂੰ ਤਾਂ ਜਿਵੇਂ ਗੁਰੂ ਦਾ ਹੁਕਮ ਹੁੰਦਾ ਉਵੇਂ ਸੇਵਾ ਕਰਦਾ ਜਾਂਦਾ ਅਤੇ ਅੱਗੇ ਤੋਂ ਵੀ ਗੁਰੂ ਸਾਹਿਬ ਕੀ ਅਰਦਾਸ ਹੈ ਕਿ ਗੁਰੂ ਸਾਹਿਬ ਆਪ ਆਪਣੀ ਸੇਵਾ ਆਪ ਲੈਂਦੇ ਰਹਿਣ ਬਾਣੀ ਕਿੰਜ ਪੜਨੀ ਹੈ ਕਿੰਜ ਸਮਝਣੀ ਹੈ ਆਪ ਹੱਥ ਫੜ ਕੇ ਸੇਵਾ ਕਰਾਉਂਦੇ ਰਹਿਣ ਤਾਂ ਅੱਜ ਲਈ ਗੁਰੂ ਪਿਆਰੋ ਇਹਨਾ ਹੀ ਅੰਤ ਵਿੱਚ ਇਸ ਵਿਚਾਰ ਦੌਰਾਨ ਹੋਈਆਂ ਸਭ ਪੁੱਲਾਂ ਚੁਕਾਂ ਦੀ ਮੈਂ ਖਿਮਾ ਮੰਗਦਾ ਹਾਂ ਅਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਇਸ ਵਿਚਾਰ ਲਈ ਬਾਣੀ ਲਈ ਸਿੱਖਿਆਵਾਂ ਲਈ ਆਨੰਦ ਲਈ ਵਾਰ-ਵਾਰ ਧੰਨਵਾਦ ਕਰਦਾ ਹਾਂ ਅਤੇ ਇਸ ਵਿਚਾਰ ਨੂੰ ਸੁਣ ਲਈ ਆਪ ਸਭ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ